ਕੋਲੇਸਟ੍ਰੋਲ ਜਿਹਨੂੰ ਫੈਟ ਕਹ ਲਿਆ ਮਾੜੀ ਚਰਬੀ ਕਹਿੰਦੀ ਠੀਕ ਹੈ ਨਹੀਂ ਇਹ ਦੋ ਤਰ੍ਹਾਂ ਦਾ ਹੁੰਦਾ ਹੈ ਜੀ ਇੱਕ ਨੇਚਰਲ ਕੁਦਰਤੀ ਤੇ ਇੱਕ ਗੈਰ ਕੁਦਰਤੀ ਜਿਹੜਾ ਕਿ ਕੁਦਰਤ ਨੇ ਨਹੀਂ ਬਣਾਇਆ ਬੰਦੇ ਨੇ ਆਪ ਦੇ ਆਪ ਦੇ ਢੰਗਾਂ ਨਾਲ ਮਸ਼ੀਨਾਂ ਨਾਲ ਬਣਾ ਲਿਆ ਦਿਮਾਗ ਦਾ ਬਹੁਤ ਸਾਰਾ ਹਿੱਸਾ ਜਿਹਨੇ ਸਾਰੇ ਸਰੀਰ ਨੂੰ ਕੰਟਰੋਲ ਕਰਨਾ ਉਹ ਵੀ ਕੋਲੇਸਟ੍ਰੋਲ ਦੇ ਹੀ ਬਣਿਆ ਹੁੰਦਾ ਹੈ। ਇਸ ਲਈ ਕੋਲੇਸਟ੍ਰੋਲ ਮਾੜੀ ਚੀਜ਼ ਨਹੀਂ ਹੁੰਦੀ, ਮਾੜੀ ਹੁੰਦੀ ਹੈ ਜਦੋਂ ਆਪਾਂ ਗੈਰ ਕੁਦਰਤੀ ਮਾੜੀ ਕਿਸਮ ਦਾ ਕੋਲੇਸਟ੍ਰੋਲ ਖਾਂਦੇ ਆ ਨਕਲੀ ਤੇ ਉਹਦੇ ਨਾਲ ਇੱਕ ਨਹੀਂ ਕਰੋੜਾਂ ਬਿਮਾਰੀਆਂ ਲੱਗਦੀਆਂ। ਅੱਜ ਦੇ ਯੁੱਗ ਦੇ ਵਿੱਚ ਆਪਣਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੈ ਕਿ ਆਪਾਂ ਅਸਲੀ ਕੋਲੇਸਟ੍ਰੋਲ ਲੇਪੜ ਖਾਂਦੇ ਨਹੀਂ। ਪ੍ਰਫੈਕਟੀ ਮੇੜਦੇ ਆਪਾਂ ਫੱਟੇ ਚੱਕੀ ਜਿਹਨਾਂ ਜਿਸ ਕਰਕੇ ਘਰ ਘਰ ਮੰਜੇ ਪਈ ਹੈਗੇ। ਜੇ ਤੁਸੀਂ ਕਹਿੰਦੇ ਵੀ ਤੜਕੇ ਦੇ ਮਗਰ ਪੈਨੇ ਉਹ ਤਾਂ ਪੈਨੇ ਵੀ 1160 ਵਾਰੀਆਂ ਲੱਗਦੀਆਂ। ਤੇ ਜਿਹੜਾ ਵੀ ਤੇਲ ਘਿਓ ਨੂੰ ਆਪਾਂ ਅੱਗ ਦੇ ਉੱਤੇ ਕਾਫੀ ਚਿਰ ਤਾਲਿਆ ਉਹ ਟੁੱਟ ਭੱਜ ਕਰਕੇ ਕਿਹਾ ਜਾਂ ਜ਼ਰੀਲਾ ਮਾਦਾ ਬਣ ਜਾਂਦਾ ਜਿਹੜਾ ਕਿ ਲੱਖਾਂ ਵਾਰੀਆਂ ਨੂੰ ਜਨਮ ਦਿੰਦਾ। ਹੁਣ ਤੁਸੀਂ ਦਿਲ ਦੇ ਅਟੈਕ ਚ ਆਪਾਂ ਡਾਕਟਰ ਕੀ ਕਰਦੇ ਆ? ਉਹ ਫੋਟੋ ਖਿੱਚੇ ਕਹਿੰਦੇ ਜੀ ਇਹਦੀ ਫਲਾਨੀ ਨਾਲ 80% ਬੰਦ ਹੋਊਗੀ 90% ਬੰਦ ਹੋਊਗੀ ਹਾਂਜੀ ਕਹਿੰਦੇ ਕਹਿੰਦੇ ਤੇ ਪਹਿਲੀ ਗੱਲ ਤਾਂ ਨੌ ਸੁਣ ਸਾਰੀ ਖੋ ਛੁੱਟ ਜਾਂਦੇ ਆ ਉੱਤੋਂ ਦੀ ਅਸੀਂ ਡਾਕਟਰ ਡਰਾ ਦੇ ਇਹ ਤਾਂ 90% ਬੰਦ ਹੋ ਗਈ ਜੇ ਛੇਤੀ ਨਾ ਸੰਭਿਆ ਤਾਂ ਬੰਦਾ ਮਰ ਜੂ ਉਸ ਵੇਲੇ ਆਪਾਂ ਡਾਕਟਰਾਂ ਦੇ ਪੈਰੀਆਂ ਥਲੌਣ ਲੱਗ ਜੰਨੇ ਡਾਕਟਰ ਸਾਹਿਬ ਇਹਦਾ ਹਾਲ ਦੱਸੋ ਕੋਈ ਨਾ ਛੇਤੀ ਅਸੀਂ ਕੀ ਕਹਾਂਗੇ ਪਈਉ ਤਾਂ ਆਪਰੇਸ਼ਨ ਤਾਂ ਔਖਾ ਹੁੰਦਾ ਹੈ ਬਾਈਪਾਸ ਬਹੁਤ ਔਖਾ ਹੁੰਦਾ ਹੈ ਮਹਿੰਗਾ ਬਹੁਤ ਹੁੰਦਾ ਹੈ ਸਟਾਰਟ ਪਵਾਲੋ ਕਰਦੇ ਕਿ ਨਹੀਂ ਕਰਦੇ ਜਦੋਂ ਕਿ ਉਹਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ ਮੂਲੀਆਂ ਸਟੇਜਾਂ 'ਚ ਮੈਂ ਹਾਂ ਨਵਰੀ ਸਿਵੀਆ ਤੇ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਬਹੁਤ ਲੋਕ ਆ ਜਿਨ੍ਹਾਂ ਨੂੰ ਵੱਖ-ਵੱਖ ਬਿਮਾਰੀਆਂ ਹੁੰਦੀਆਂ ਪਰ ਅਜੇ ਹ ਮੰਨਿਆ ਜਾਂਦਾ ਕਿਹਾ ਜਾਂਦਾ ਕਿ ਬਹੁਤ ਜ਼ਿਆਦਾ ਬਿਮਾਰੀਆਂ ਤਾਂ ਕੋਲੇਸਟ੍ਰੋਲ ਦੇ ਨਾਲ ਰਿਲੇਟਡ ਨੇ ਅੱਜ ਇਸੇ ਵਿਸ਼ੇ ਤੇ ਗੱਲ ਕਰਾਂਗੇ ਡਾਕਟਰ ਸਾਹਿਬ ਤੋਂ ਪੁੱਛਦੇ ਹਾਂ ਕਿ ਕੀ ਇਹਦੇ ਕਾਰਨ ਕਿਉਂ ਹੁੰਦਾ ਕਿਵੇਂ ਠੀਕ ਕੀਤਾ ਜਾ ਸਕਦਾ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਸ਼ੁਕਰੀਆ ਤੁਹਾਡਾ ਮੈਂ ਸਵਾਗਤ ਕਹਿਣ ਲੱਗਿਆ ਸੀ ਜਦ ਕਿ ਆਏ ਤੁਹਾਡੇ ਪਧਾੜ ਨੇਚਰੋਪੈਥੀ ਸੈਂਟਰ ਦੇ ਵਿੱਚ ਇਹ ਰਾਤ ਰੋਸਦਾ ਹੀ ਕਿਹਦੇ ਹੁੰਦੇ ਨਾ ਬੰਦੇ ਨੂੰ ਆਪਦੀ ਗਲਤੀ ਦਾ ਮਹਿਸੂਸ ਹੋ ਜੇ ਉਹਨੂੰ ਭੁੱਲਣ ਹਾਰ ਨਹੀਂ ਕਿਹਾ ਜਾਂਦਾ ਹਾਂ ਜੀ ਆਏ ਨੂੰ ਜੀ ਆਇਆਂ ਵਾਸਤੇ ਇਹ ਕਈ ਗਲਤੀਆਂ ਬਾਅਦ ਚ ਬੰਦਾ ਜੀ ਦੇਖੋ ਮੈਂ ਤਾਂ ਆਪਦੀ ਗੱਲ ਕਰਦਾ ਵੀ ਕਰਕੇ ਵੀ ਫਿਰ ਪਛਤਾਈ ਸਕਦਾ ਉਹ ਚ ਭੁੱਲਣ ਨਾ ਭੁੱਲਣ ਵਾਲੀ ਤਾਂ ਗੱਲ ਨਹੀਂ ਆ ਵਿਆਹ ਵਾਲੀ ਇੱਕ ਅਧੀਆਂ ਗਲਤੀਆਂ ਮੈਨੂੰ ਇਹ ਜਿਹੀਆਂ ਹੀ ਲੱਗਦੀਆਂ ਜੀ ਵਿਆਹ ਦੀ ਗਲਤੀ ਨਹੀਂ ਹੁੰਦੀ ਵਿਆਹ ਇੱਕ ਮੌਕਾ ਹੁੰਦਾ ਜਦੋਂ ਬੰਦੇ ਨੂੰ ਸੁਧਨ ਦਾ ਮੌਕਾ ਮਿਲ ਜਾਂਦਾ ਹੈ ਮੈਂ ਚਾ ਠੀਕ ਹੈ ਤੇ ਵਿਆਹ ਜ਼ਰੂਰੀ ਹੈ ਅਗਰ ਵਿਆਹ ਨਹੀਂ ਹੋਊਗਾ ਤਾਂ ਸੰਸਾਰ ਦੀ ਉਤਪਤੀ ਰੁਕ ਜਾਂਦੀ ਹੈ ਹਮ ਅੱਜ ਤੂੰ ਬੈਠਾ ਮੈਂ ਬੈਠਾ ਤਾਂ ਹੀ ਉਹ ਹੈ ਕਿ ਆਪਣੇ ਮਾਪੇ ਨੇ ਵਿਆਹ ਕੀਤਾ ਸੀ ਤੇ ਵਿਆਹ ਨੂੰ ਚੰਗੀ ਦ੍ਰਿਸ਼ਟੀयां ਦੇਖਣਾ ਹੁੰਦਾ ਜਿੰਨੇ ਗੁਰੂ ਪੀਰ ਅਦਸ ਕੋਈ ਛੜਾ ਰਿਹਾ ਹੈ ਗੱਲ ਤਾਂ ਸਹੀ ਹੈ ਜੀ ਸਹੀ ਗੱਲ ਹੈ ਜੀ ਆਪਣੇ ਦਾਸ ਗੁਰੂ ਅਦਸ ਕਿਹਨੇ ਕਿ ਰਾਮਚੰਦਰ ਨੇ ਵਿਆਹ ਕਰਾਇਆ ਸੀ ਠੀਕ ਹੈ ਇਸ ਲਈ ਪਸਤਾਉਣਾ ਨਹੀਂ ਹੈ ਬਲਕਿ ਸਿੱਖਣਾ ਕਿ ਹੁਣ ਵਿਅਕਤੀ ਜ਼ਿੰਮੇਵਾਰੀ ਨੂੰ ਨਵਾਉਣਾ ਕਿਵੇਂ ਸੋ ਡਾਕਟਰ ਸਾਹਿਬ ਆਪਾਂ ਗੱਲ ਕਰਦੇ ਹਾਂ ਇਸ ਬਿਮਾਰੀ ਦੀ ਲੈ ਕੇ ਹਨਾ ਕੋਲੇਸਟ੍ਰੋਲ ਨੂੰ ਲੈ ਕੇ ਬਹੁਤ ਲੋਕ ਆ ਜਿਹੜੇ ਉਹ ਸ਼ਿਕਾਇਤ ਕਰਦੇ ਆ ਜਾਂ ਡਿਮਾਂਡ ਕਰਦੇ ਸੀ ਵੀ ਯਾਰ ਇਸ ਤੇ ਵੀਡੀਓ ਬਣਾਓ ਕੀ ਹੁੰਦਾ ਇਹ ਆਪਾਂ ਇਹਨੂੰ ਹੁਣ ਸਿੱਧੀ ਜੀ ਭਾਸ਼ਾ ਜੀ ਸਮਝਾ ਗਏ ਦੇਖੋ ਜਦੋਂ ਕਿਸੇ ਡਾਕਟਰ ਕੋਲੇ ਜਾ ਕੇ ਆਪਾਂ ਕਹਾਂਗੇ ਨਾ ਵੀ ਖਰਾਕ ਖਾਓ ਵੀ ਕੀ ਖਰਾਕ ਖਾਈਏ ਉਹ ਪੰਜਾਬੀ ਚ ਕਹੂਗਾ ਵੀ ਇੱਕ ਤਾਂ ਕਾਰਬੋਹਾਈਡਰੇਟ ਖਾਓ ਹੂੰ ਇੱਕ ਕਹੂਗਾ ਫੈਟ ਖਾਓ ਹੂੰ ਤੇ ਇੱਕ ਕਹੂਗਾ ਪ੍ਰੋਟੀਨ ਖਾਓ ਹੂੰ ਤਿੰਨ ਤਰ੍ਹਾਂ ਹੀ ਖਰਾਕਾਂ ਹੁੰਦੀਆਂ ਹੂੰ ਬਾਕੀ ਲੋੜੀ ਦੇ ਵਿਟਾਮਿਨ ਮਿਨਰਲ ਦੇ ਹੂੰ ਜਿਹਨੂੰ ਅਸੀਂ ਫੈਟ ਕਹਿੰਦੇ ਆ ਉਹਨੂੰ ਪੰਜਾਬੀ ਚ ਚਰਬੀ ਕਹਿੰਦੇ ਆ ਹੂੰ ਤੇ ਅੰਗਰੇਜ਼ੀ ਭਾਸ਼ਾ ਚ ਉਹਨੂੰ ਕਹਿੰਦੇ ਆ ਲਾਈਪਰੋਫਾਈਲ ਜਾਂ ਕੋਲੇਸਟ੍ਰੋਲ ਹੂੰ ਸਮਝ ਆ ਗਈ ਨਾ ਹਾਂ ਤੇ ਜਿਹੜਾ ਕੋਲੇਸਟ੍ਰੋਲ ਹੈ ਜਿਹਨੂੰ ਫੈਟ ਕਹਿ ਲਿਆ ਮਾੜੀ ਚਰਬੀ ਕਹ ਲਈ ਠੀਕ ਹੈ ਨਹੀਂ ਇਹ ਦੋ ਤਰ੍ਹਾਂ ਦਾ ਹੁੰਦਾ ਹੈ ਜੀ ਇੱਕ ਨੇਚਰਲ ਕੁਦਰਤੀ ਤੇ ਇੱਕ ਗੈਰ ਕੁਦਰਤੀ ਜਿਹੜਾ ਕਿ ਕੁਦਰਤ ਨੇ ਨਹੀਂ ਬਣਾਇਆ ਬੰਦੇ ਨੇ ਆਪ ਦੇ ਆਪ ਦੇ ਢੰਗਾਂ ਨਾਲ ਮਸ਼ੀਨਾਂ ਨਾਲ ਬਣਾ ਲਿਆ ਜੀ ਜਿਹੜਾ ਤਾਂ ਕੁਦਰਤੀ ਫੈਟ ਹੁੰਦਾ ਉਹ ਤਾਂ ਬਹੁਤ ਚੰਗਾ ਹੁੰਦਾ ਕਿਉਂਕਿ ਫੈਟ ਜਾਂ ਲਾਈਪਰ ਜਾਂ ਕੋਲੇਸਟੇਰੋਲ ਇਹ ਬਹੁਤ ਚੰਗੀ ਚੀਜ਼ ਹੁੰਦੀ ਹੈ ਕਿਉਂਕਿ ਜਿੰਨੀਆਂ ਵੀ ਆਪਣੀਆਂ ਖੂਨ ਦੀਆਂ ਨਾੜੀਆਂ ਜਿਨ੍ਹਾਂ ਦੇ ਵਿੱਚ ਇਹ ਲਹੂ ਨੇ ਵਗਣਾ ਇਹ ਜਿਹੜੀ ਬਣੀ ਵੀ ਹੁੰਦੀ ਹੈ ਨਾੜੀ ਇਹ ਬਣੀ ਵੀ ਕੋਲੇਸਟੇਰੋਲ ਦੀ ਹੁੰਦੀ ਹੈ ਦਿਮਾਗ ਦਾ ਬਹੁਤ ਸਾਰਾ ਹਿੱਸਾ ਜਿਹਨੇ ਸਾਰੇ ਸਰੀਰ ਨੂੰ ਕੰਟਰੋਲ ਕਰਨਾ ਉਹ ਵੀ ਕੋਲੇਸਟੇਰੋਲ ਦੇ ਹੀ ਬਣਿਆ ਹੁੰਦਾ ਹੈ ਇਸ ਲਈ ਕੋਲੇਸਟੇਰੋਲ ਮਾੜੀ ਚੀਜ਼ ਨਹੀਂ ਹੁੰਦੀ ਮਾੜੀ ਹੁੰਦੀ ਹੈ ਜਦੋਂ ਆਪਾਂ ਗੈਰ ਕੁਦਰਤੀ ਮਾੜੀ ਕਿਸਮ ਦਾ ਕੋਲੇਸਟ੍ਰੋਲ ਖਾਂਦੇ ਆ ਨਕਲੀ ਤੇ ਉਹਦੇ ਨਾਲ ਇੱਕ ਨਹੀਂ ਕਰੋੜਾਂ ਬਿਮਾਰੀਆਂ ਲੱਗਦੀਆਂ ਅੱਜ ਦੇ ਯੁੱਗ ਦੇ ਵਿੱਚ ਆਪਣਾ ਲਾਈਫ ਸਟਾਈਲ ਹੀ ਇਸ ਤਰ੍ਹਾਂ ਦਾ ਹੈ ਕਿ ਆਪਾਂ ਅਸਲੀ ਕੋਲੇਸਟ੍ਰੋਲ ਲਿਪਿਡ ਖਾਂਦੇ ਨਹੀਂ ਤੇ ਫੈਕਟਰੀ ਮੇਡ ਦੇ ਆਪਾਂ ਫੱਟੇ ਚੱਕੀ ਜਿਹਨਾਂ ਜਿਸ ਕਰਕੇ ਘਰ ਘਰ ਮੰਜੇ ਪਏ ਹੈਗੇ ਤੇ ਇਹਦੇ ਨਾਲ ਜੇ ਕਰੋੜਾਂ ਕਿਸਮਾਂ ਦੀ ਬਿਮਾਰੀਆਂ ਕਹਿ ਦਿੱ ਗਏ ਸਾਬ ਉਹਨਾਂ ਦਾ ਕਾਰਨ ਬਿੰਗੇ ਟੰਗ ਨਾਲ ਸਿੱਧੇ ਟੰਗ ਨਾਲ ਕੋਲੇਸਟਰੋਲ ਵਾਲੀ ਜਾ ਜੁੜਦਾ ਹੈਗਾ ਜਿਹੜੇ ਪਹਿਲਾਂ ਘਿਓ ਹੁੰਦੇ ਸੀਗੇ ਜਿਵੇਂ ਆਪਾਂ ਕਹਿੰਦੇ ਵੀ ਘਰ ਦਾ ਘਿਓ ਹਨਾ ਪਸ਼ੂ ਰੱਖਦੇ ਸੀਗੇ ਜਦੋਂ ਬਹੁਤ ਜ਼ਿਆਦਾ ਲੋਕ ਪੰਜਾਬ ਚ ਵੈਸੇ ਮੇਰਾ ਇਹ ਤਕਰੀਬਨ ਮੰਨਣਾ ਜਾਂ ਵੀ ਜਿੰਨੇ ਕਿਤੇ ਹੁਣ ਵੀ ਹੈਗੇ ਆ ਆਉਣ ਵਾਲੇ 5 ਸਾਲਾਂ ਚ ਇਦੋਂ ਵੀ ਘਟਨੇ ਆ ਕਿਹੜਾ ਤਾਂ ਪਸ਼ੂ ਹਜੇ ਘਟਣਗੇ ਨਹੀਂ ਅੱਜ ਕੱਲ ਤਾਂ ਪਸ਼ੂ ਸਾਡੀ ਡਾਕਟਰਾਂ ਦੀ ਨਜ਼ਰਾਂ ਚ ਜ਼ੀਰੋ ਹੈ ਜੀ ਨੂੰ ਤੁਸੀਂ ਪਸ਼ੂ ਕਹਿੰਦੇ ਉਹਨੂੰ ਖਰਾਕਾਂ ਆਪਾਂ ਕਿਹੜੀਆਂ ਪਾਉਨੇ ਯੂਰੀ ਇਹਦੀਆਂ ਦਵਾਈਆਂ ਵਾਲੀਆਂ ਫੇਰ ਟੀਕੇ ਲੱਗਦੇ ਉਹ ਤਾਂ ਦੁੱਧ ਹੀ ਜ਼ਹਿਰੀ ਲੱਜਕਲ ਤਾਂ ਤੇ ਉਹਨਾਂ ਦੇ ਘਿਓ ਨੂੰ ਅਸੀਂ ਡਾਕਟਰ ਲੋਕ ਤਾਂ ਕਿਉਂ ਨਹੀਂ ਕਹਿੰਦੇ ਸੀ ਤਾਂ ਕਹਿੰਦੇ ਵੀ ਇਹ ਤਾਂ ਉਦੋਂ ਹੀ ਮਾੜੀ ਜ਼ਹਿਰ ਹੈ ਠੀਕ ਹੈ ਨਹੀਂ ਫਿਰ ਵੀ ਆਪਣਾ ਚਲੋ ਮਨ ਜਿ ਕੋ ਸੋਲਾ ਟੀਕੇ ਵੀ ਪਸ਼ੂਆਂ ਦਾ ਦੁੱਧ ਚੰਗਾ ਹੁੰਦਾ ਹੈ ਤਾਂ ਪਸ਼ੂਆਂ ਤੋਂ ਬਿਨਾ ਆਪਾਂ ਕੋਲੇਸਟ੍ਰੋਲ ਚਰ ਵੀ ਕਿੰਨੀ ਮਾੜੀ ਜਾਦੇ ਖਾ ਰਹੇ ਆਂ ਆਂਡਿਆਂ 'ਚ ਉਹਨੂੰ ਮਿਲਦੀ ਹੈ ਮੀਟ ਦੇ ਵਿੱਚ ਆਪਾਂ ਉਹਨੂੰ ਖਾਂਦੇ ਆਂ ਠੀਕ ਹੈ ਨਹੀਂ ਤੇ ਬਾਕੀ ਤੇਲ ਘਿਓ ਦੇ ਜਿਹੜੇ ਤੜਕੇ ਰਿਫਾਈਨਡ ਤੇਲ ਸਾਰੇ ਹੀ ਸਾਰੇ ਹੈ ਨਕਲੀ ਫੈਟ ਹੈ ਨਕਲੀ ਲਾਈਪੜੇ ਸੜਕਿਆਂ ਦੇ ਮਗਰ ਬਹੁਤ ਪੈਨੇ ਉਹਦਾ ਕਾਰਨ ਹੈ ਪਹਿਲੀ ਗੱਲ ਤਾਂ 90 ਤੋਂ ਵੱਧ ਪਰਸੈਂਟ ਜਿਹੜਾ ਆਪਣੇ ਘਰਾਂ 'ਚ ਤੇਲ ਹੈ ਉਹ ਕੁਦਰਤੀ ਤੇਲ ਘਿਓ ਨਹੀਂ ਹੈ ਉਹ ਫੈਕਟਰੀ ਮੇਡ ਹੈ ਜਿਨ੍ਹਾਂ ਪਰ ਰਿਫਾਈਨਡ ਤੇਲ ਕਹਦੇ ਨੇ ਕੋਈ ਕਹੂਗਾ ਇੱਕ ਵਾਰ ਰਿਫਾਈਨਡ ਹੈ ਕੋਈ ਕਹੂ ਦੋ ਵਾਰ ਰਿਫਾਈਨਡ ਹੈ ਅੱਲੋ ਡਿਬੜਾਈਆਂ ਉਹ ਉਹ ਜਿਹੜਾ ਤੇਲ ਘਿਓ ਹੈ ਉਹੀ ਸਭ ਤੋਂ ਜ਼ਿਆਦਾ ਬਿਮਾਰੀਆਂ ਦਾ ਕਾਰਨ ਬਣਦਾ ਹੈ। ਫਿਰ ਆਪਾਂ ਜਿਹੜੀ ਤੁਸੀਂ ਕਹਿੰਦੇ ਵੀ ਤੜਕੇ ਦੇ ਮਗਰ ਪੈਣੇ ਹੋਂ ਤਾਂ ਪੈਣੇ ਵੀ 1160 ਵਾਰੀਆਂ ਲੱਗਦੀਆਂ। ਤੇ ਜਿਹੜਾ ਵੀ ਤੇਲ ਘਿਓ ਨੂੰ ਆਪਾਂ ਅੱਗ ਦੇ ਉੱਤੇ ਕਾਫੀ ਚਿਰ ਤਾਲ ਲਿਆ ਉਹ ਟੁੱਟ ਭੱਜ ਕਰਕੇ ਕਿਹਜਾ ਜ਼ਹਿਰੀਲਾ ਮਾਦਾ ਬਣ ਜਾਂਦਾ ਹੈ ਜਿਹੜਾ ਕਿ ਲੱਖਾਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਤੇ ਪਹਿਲੀ ਗੱਲ ਤੇ ਇਹ ਹੁੰਦੀ ਹੈ ਵੀ ਜਿਹੜਾ ਫੈਕਟਰੀ ਮੇਡ ਤੇਲ ਹੈ ਜਾਂ ਕਿਹੋ ਹੈ ਜਿਹਨੂੰ ਪਰ ਰਫਾਈਨਡ ਤੇਲ ਕਿਹਾ ਕੋਹ ਕਹਿੰਦੇ ਆ ਇਹ ਬੰਦੇ ਨੂੰ ਨਹੀਂ ਖਾਣਾ ਚਾਹੀਦਾ ਠੀਕ ਹੈ ਜੀ ਕਿਉਂਕਿ ਜਦੋਂ ਵੀ ਰਫਾਈਨਡ ਤੇਲ ਕਿਹੋ ਆਪਾਂ ਖਾਣੇ ਆ ਮੰਨ ਲਓ ਮੈਂ ਸੁਧ ਕਿਸਮ ਦਾ ਇਹ ਰਫਾਈਨਡ ਤੇਲ ਕਿਹੋ ਖਾ ਲਿਆ ਆਪਣਾ ਘਰ ਦਾ ਕਿਹੋ ਖਾ ਲਿਆ ਜੇ ਮੈਂ ਲੋੜ ਤੋਂ ਵੱਧ ਖਾਉਂਗਾ ਇਹ ਜਿਹੜੀ ਲੋੜ ਤੋਂ ਵੱਧ ਚਰਬੀ ਹੈ ਇਹਨੇ ਵੀ ਤਾਂ ਜਾ ਕੇ ਨੁਕਸਾਨ ਕਰਨਾ ਨਾ ਇਸ ਕਰਕੇ ਇਹ ਘੱਟ ਤੋਂ ਘੱਟ ਖਾਣਾ ਚਾਹੀਦਾ ਹੈ ਤੇ ਜਿੰਨੇ ਵੀ ਅੱਜਕੱਲ ਦੇ ਫੈਕਟਰੀ ਮੇਡ ਤੇਲ ਹੈ ਕਿਹਾ ਉਹ ਹੈ ਰਿਫਾਈਨਡ ਵਗੈਰਾ ਇਹ ਬੰਦ ਕਰ ਦੇਣੇ ਚਾਹੀਦੇ ਹੈਗੇ ਨਹੀਂ ਖਾਣੇ ਚਾਹੀਦੇ ਨਹੀਂ ਖਾਣੇ ਚਾਹੀਦੇ ਤੇ ਕੋਈ ਇਹਦੇ ਲਈ ਹੋਰ ਵੀ ਇੱਕ ਤਾਂ ਹੋ ਗਿਆ ਖਰਾਕ ਦਾ ਬਨੇਜ ਹੋ ਗਿਆ ਤੇ ਕੋਈ ਕਿਤੇ ਇਹ ਹੁੰਦਾ ਵੀ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਇਹਦਾ ਨੁਕਸਾਨ ਕਿਵੇਂ ਹੁੰਦਾ ਹੈ ਮੰਨ ਲਓ ਮੈਂ ਇਹ ਚੀਜ਼ ਖਾਈ ਜਾਨਾ ਤੇ ਜਦੋਂ ਇਹ ਲੋੜ ਤੋਂ ਵੱਧ ਜੂਗੀ ਇਸੇ ਬਦੀ ਵੀ ਨੇ ਲਹੂ ਦੀ ਨਾੜੀਆਂ ਦੇ ਵਿੱਚ ਜੰਮਣਾ ਹੈ। ਸਰੀਰ ਦੇ ਹਰੇਕ ਅੰਗ ਨੇ ਤਾਕਤ ਲੈਣੀ ਹੈਗੀ ਲਹੂ ਤੋਂ। ਤੇ ਲਹੂ ਕਿਸੇ ਖਾਸ ਰਸਤੇ ਦੇ ਵਿੱਚ ਦੀ ਵਗਣਾ ਹੁੰਦਾ ਹੈ। ਜਿਹਨੂੰ ਅਸੀਂ ਬਲੱਡ ਵੈਸਲ ਚ ਕਹਿੰਦੇ ਨੇ। ਅਗਰ ਇਹ ਫੈਟ ਮਾੜੀ ਕਿਸਮ ਦਾ ਜਿਆਦਾ ਹੈ ਤਾਂ ਉਹ ਰਸਤਾ ਬੰਦ ਹੋ ਜਾਂਦਾ ਹੈ ਜਾਂ ਤੰਗ ਹੋ ਜਾਂਦਾ ਹੈ ਜਿਹਦੇ ਵਿੱਚ ਦੀ ਨੇ ਵਗਣਾ ਹੁੰਦਾ ਹੈ। ਹੁਣ ਦਿਮਾਗ ਦੀਆਂ ਲਾੜਾਂ ਤੇ ਇਕੱਠਾ ਹੋ ਗਿਆ। ਅਸੀਂ ਕਹਿੰਦੇ ਵੀ ਇਹ ਅਥੀਰੋਸਕਲੀਰੋਸਿਸ ਹੋ ਗਿਆ ਇਹਦੇ ਦਿਮਾਗ ਨੂੰ ਖੂਨ ਨਹੀਂ ਜਾਂਦਾ ਇਸ ਕਰਕੇ ਇਹਨੂੰ अनेका ਦਿਮਾਗ ਦੀਆਂ ਬਿਮਾਰੀਆਂ ਲੱਗਦੀਆਂ ਜਾਂ ਭੁੱਲਣ ਭੁੱਲਣ ਸ਼ਕਤੀ ਹੋ ਜਾਊਗੀ ਜਾਂ ਇਰੀਟੇਟ ਰਹੂਗਾ ਜਾਂ ਦੌਰੇ ਪਈ ਜਾਣਗੇ ਜਾਂ ਪਾਗਲਾ ਵਾਂਗੂ ਹੋ ਜਾਊਗਾ ਜਾਂ ਨੀਂਦ ਘਟ ਜੂਗੀ ਠੀਕ ਹੈ ਨਹੀਂ ਤੇ ਜਾਂ ਸਟ੍ਰੋਕ ਹੋ ਕੇ ਬੰਦਾ ਮਰ ਜਾਂਦਾ ਹੁਣ ਇਹੀ ਜਿਹੜਾ ਫੈਟ ਹੈ ਜਿਹਨੂੰ ਤੁਸੀਂ ਲਾਈਪਲ ਪ੍ਰੋਫਾਈਲ ਤੇ ਕੋਲੇਸਟ੍ਰੋਲ ਕਹਿੰਦੇ ਇਹ ਜਦੋਂ ਜ਼ਿਆਦਾ ਵੱਜ ਜਾਂਦਾ ਹੈ ਤੇ ਇਹ ਜਿਹੜੀਆਂ ਦਿਲ ਦੀਆਂ ਨਾੜੀਆਂ ਹਨ ਉਹਨਾਂ ਜੰਮ ਜਾਂਦਾ ਹੈ ਜੇ ਦਿਲ ਦੀ ਨਾੜੀ ਜੰਮ ਗਿਆ ਤਾਂ ਦਿਲ ਦੀਆਂ ਬਵਾਰੀਆਂ ਲੱਗਣੀਆਂ ਜਾਂ ਛਾਤੀ ਤੇ ਤਰਦ ਹੋਊਗਾ ਜਾਂ ਹਾਰਟ ਅਟੈਕ ਹੋਊਗਾ ਠੀਕ ਹੈ ਨਹੀਂ ਤੇ ਜਦ ਆਦਰੰਗ ਟਾਈਪ ਹੋ ਜਾਂਦਾ ਹੈ ਤੇ ਆਪਾਂ ਅਸੀਂ ਕਹਿੰਨੇ ਹੁਣ ਤੁਸੀਂ ਦਿਲ ਦੇ ਅਟੈਕ ਚ ਆਪਾਂ ਡਾਕਟਰ ਕੀ ਕਰਦੇ ਆ ਉਹ ਫੋਟੋ ਖਿੱਚੇ ਕਹਿੰਦੇ ਜੀ ਇਹਦੀ ਫਲਾਨੀ ਨਾਲ 80% ਬੰਦ ਹੋ ਗਈ 90% ਬੰਦ ਹੋ ਗਈ ਹਾਂਜੀ ਕਹਿੰਦੇ ਆ ਕਹਿੰਦੇ ਆ ਤੇ ਪਹਿਲੀ ਗੱਲ ਤਾਂ ਨੌ ਸੁਣਨ ਸਾਰੇ ਫੋ ਛੁੱਟ ਜਾਂਦੇ ਆ ਹਾਂ ਉੱਤੋਂ ਦੀ ਅਸੀਂ ਡਾਕਟਰ ਡਰਾ ਦੇਣ ਇਹ ਤਾਂ 90% ਬੰਦ ਹੋ ਗਈ ਜੇ ਛੇਤੀ ਨਾ ਸੰਭਿਆ ਤਾਂ ਬੰਦਾ ਮਰ ਜੂ ਉਸ ਵੇਲੇ ਆਪਾਂ ਡਾਕਟਰਾਂ ਦੇ ਪੈਰੀਂ ਹੱਥ ਲਾਉਣ ਲੱਗ ਜੰਨੇ ਡਾਕਟਰ ਸਾਹਿਬ ਇਹਦਾ ਹਾਲ ਦੱਸੋ ਕੋਈ ਨਾ ਛੇਤੀ ਅਸੀਂ ਕੀ ਕਹਾਂਗੇ ਭਾਈ ਉਹ ਤਾਂ ਆਪਰੇਸ਼ਨ ਤਾਂ ਔਖਾ ਹੁੰਦਾ ਹੈ ਬਾਈਪਾਸ ਬਹੁਤ ਔਖਾ ਹੁੰਦਾ ਹੈ ਮਹਿੰਗਾ ਬਹੁਤ ਹੁੰਦਾ ਹੈ ਸਟੰਟ ਪਵਾ ਲਓ ਕਰ ਦੇਗੇ ਨਹੀਂ ਕਰ ਦੇਗੇ ਜਦੋਂ ਕਿ ਉਹਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ ਮੂਲਿਆ ਸਟੇਜਾਂ 'ਚ ਜਿਹੜੀਆਂ ਚੀਜ਼ਾਂ ਨਾਲ ਤੁਸੀਂ ਮਾੜੀਆਂ ਖਰਾਕਾਂ ਜਾਂ ਮਾੜੀਆਂ ਚਰਬੀਆਂ ਖਾ ਕੇ ਉਹ ਨਾੜੀ ਬੰਦ ਕਰ ਲਈ ਉਹ ਬੰਦ ਕਰ ਦੋ ਨਾੜੀ ਆਪ ਦੇ ਆਪ ਹੀ ਉੱਥੇ ਖੜ ਜਾਂਦੀ ਏ ਫਿਰ ਜਿਹੜਾ ਇਹ ਨੈਚਰੋਪੈਥੀ ਦਾ ਇਲਾਜ ਆ ਖਰਾਕ ਤੇ ਸੈਰ ਵਗੈਰਾ ਜਾਂ ਹੋਰ ਉਹ ਦਸਤਨ ਉਹ ਬਿਨਾ ਆਪਰੇਸ਼ਨ ਤੋਂ ਖੁੱਲ ਜਾਂਦੀ ਏ ਹੁਣ ਇਹੀ ਚਰਬੀ ਜਿਹਨੂੰ ਤੁਸੀਂ ਕਹੇ ਕੋਲੇਸਟ੍ਰੋਲ ਇਹੀ ਜ਼ਿਆਦਾ ਗਾਲ ਬਲੇਡਰ ਚ ਪਿੱਤੇ ਚ ਉੱਥੇ ਇਕੱਠੀ ਹੋ ਜੇ ਉੱਥੇ ਕਿਹੜੀ ਚੀਜ਼ ਰੂਪ ਧਾਰਨ ਕਰ ਲੈਂਦੀ ਹੈ ਗਾਲ ਸਟੋਨ ਪਿੱਤੇ ਦੀ ਪਥਰੀ ਫਿਰ ਕਰਾਓ ਜੀ ਆਪਰੇਸ਼ਨ ਇਹੀ ਜਿਹੜੀ ਫੈਟ ਹੈ ਲਈਪੜ ਇਹੀ ਗੁਰਦਿਆਂ ਜ਼ਿਆਦਾ ਇਕੱਠੀ ਹੋ ਜੇ ਉੱਥੇ ਗੁਰਦੇ ਦੀ ਪਥਰੀ ਬਣਗੀ ਜਿੱਥੇ ਕਿਤੇ ਵੀ ਇਹ ਬੇਲੋੜੀ ਫੈਟ ਇਕੱਠੀ ਹੋਊਗੀ ਲਈਪੜ ਉਥੇ ਇਸ ਨੇ ਜਾਂ ਰਸੋਲੀ ਬਣਾਉਣੀ ਹੈ ਜਾਂ ਕੇਸ ਬਣਾਉਣਾ ਜਾਂ ਕੋਈ ਸੇਸ਼ਟ ਬਣ ਜੂਗੀ ਤੇ ਜਾਂ ਕੋਈ ਪਥਰੀ ਬਣ ਜੂਗੀ ਇਹ ਤਾਂ ਨੁਕਸਾਨ ਹੋ ਗਏ ਇਹਦੇ ਹਰ ਜਗ੍ਹਾ ਨੁਕਸਾਨ ਹੀ ਨੁਕਸਾਨ ਹੈ ਇਹਦਾ ਜੀ ਪਰ ਹੁਣ ਇੱਕ ਤਾਂ ਮਤਲਬ ਖਾਣ ਦੀ ਗੱਲ ਆਪਾਂ ਕਰ ਲਈ ਜਿਹੜੇ ਇਹਦੇ ਬਚਾ ਗਏ ਤੇ ਦੂਸਰਾ ਕੋਈ ਐਕਸਰਸਾਈਜ਼ ਵੀ ਇਹਦੇ ਲਈ ਜ਼ਰੂਰੀ ਹੈ ਸਭ ਤੋਂ ਵੱਡੀ ਐਕਸਰਸਾਈਜ਼ ਤੇ ਵੀ ਤੁਸੀਂ ਖਰਾਕ ਕੀ ਸ਼ੁੱਧ ਖਾਓ ਦੂਸਰਾ ਹੁੰਦਾ ਵੀ ਤੁਸੀਂ ਸਰੀਰ ਤੋਂ ਕੰਮ ਲਵੋ ਮੁਰਕਾ ਕੱਢੋ ਮੁਰਕਾ ਕੱਢੋ ਠੀਕ ਹੈ ਤੇ ਨਹੀਂ ਸਿੰਪਲ 40 ਮਿੰਟ ਬੰਦਾ ਰੋਜ਼ ਦੁਰੇ ਖਾਣਾ ਖਾਣ ਤੋਂ ਬਾਅਦ ਉਹ ਵੀ ਰਾਤ ਨੂੰ ਸਭ ਤੋਂ ਵੱਡਾ ਕੰਮ ਇਹ ਹੁੰਦਾ ਬਾਕੀ ਕੋਈ ਫਿਜ਼ੀਕਲ ਕੰਮ ਕਰੋ ਤੇ ਕੋਈ ਵੀ ਫਰੂਟ ਜਿਹੜਾ ਤਜਾਬੀ ਹੋਵੇ ਜਿਸ ਤਰ੍ਹਾਂ ਸੰਤਰਾ ਹੈ ਨਿੰਬੂ ਹੈ ਕਿੰਨੂ ਹੈ ਕਿਵੀ ਹੈ ਤੇ ਰੋਜ਼ ਬੰਦੇ ਨੂੰ ਇੱਕ ਅੱਧਾ ਖਾ ਲੈਣਾ ਚਾਹੀਦਾਗਾ ਬਾਕੀ ਗਰਮ ਪਾਣੀ ਜਿਆਦਾ ਪੀਓ ਕੋਸਾ ਉਦੇ ਨਾਲ ਵੀ ਸੋਲਿਫੈਟ ਹੈ ਜਿਹੜੀ ਖੁਰਨੀ ਸ਼ੁਰੂ ਹੋ ਜਾਂਦੀ ਹੈਗੀ ਤੇ ਜਿਹੜਾ ਸਿਆਮ ਪਾਸੰਦ ਨੇ ਵੀ ਪੰਜ ਚੀਜ਼ਾਂ ਨਾ ਖਾਓ ਤਾਂ ਬਿਲਕੁਲ ਹੀ ਬੰਦਾ ਬਿਨਾ ਦਵਾਈ ਤੋਂ ਹੀ ਘਰੇ ਬੈਠਾ ਠੀਕ ਹੋ ਜਾਂਦਾ ਹੈ ਜੀ ਸੋ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਤੁਸੀਂ ਕੀਮਤੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਤੁਹਾਡਾ ਵੀ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਬਹੁਤ-ਬਹੁਤ ਧੰਨਵਾਦ